ਜੀ ਕੋਈ ਨਹੀਂ ਦੁਬਾਰਾ ਲਾ ਲੂਗਾ। ਢਿੱਲੋਂ ਸਾਹਿਬ ਆਪਾਂ ਜਿਹੜੀ ਅਗਲੀ ਖਬਰ ਚੱਲਦੇ ਹਾਂ, ਜਿਹੜੀ ਰਮਨਜੀਤ ਆਇਆ ਰਿਮਾਂਡ ਦੇ ਉੱਪਰ, ਗੈਂਗਸਟਰ ਰਮਨਜੋਤ ਰੋਮੀ ਨੂੰ 14 ਦਿਨਾਂ ਲਈ ਜੇਲ੍ਹ ਭੇਜਿਆ ਜੀ। ਇਹ ਅਸਲ ਵਿੱਚ ਇਹ ਨਾ ਜੀ ਵੀ ਇਹ ਕਿਉਂਕਿ ਰਮਨਜੀਤ ਰੋਮੀ ਹੈ ਜਿਹੜਾ, ਰਮਨਜੀਤ ਰੋਮੀ ਨੂੰ ਹਾਂਗਕਾਂਗ ਦੀ ਜਿਹੜੀ ਅਦਾਲਤ ਹੈ ਜਾਂ ਉੱਥੋਂ ਦਾ ਸਿਸਟਮ ਹੈ ਜਿਹੜਾ, ਉਸ ਸਿਸਟਮ ਤੋਂ ਸਾਡੀ ਪੁਲਿਸ ਲੈ ਕੇ ਆਈ ਹੈ ਜੀ। ਉਹਨੂੰ 2016 ਤੋਂ ਉਹਨਾਂ ਦਾ ਸਿਲਸਿਲਾ ਚੱਲਦਾ, ਤੁਹਾਡੇ ਯਾਦ ਹੋਣੀ ਨਾਭਾ ਜੇਲ੍ਹ ਬ੍ਰੇਕ ਹੋਈ ਸੀ। ਨਾਭਾ ਜੇਲ੍ਹ ਬ੍ਰੇਕ ਵੇਲੇ ਕਾਫੀ ਸਾਰੇ ਲੋਕ ਜਿਹੜੇ ਹੈਗੇ ਆ ਉਹ ਜੇਲ੍ਹ ਦੇ ਵਿੱਚੋਂ ਫਰਾਰ ਹੋ ਗਏ ਸੀ, ਉਹਨਾਂ ਦੇ ਵਿੱਚੋਂ ਕੁਛ ਫੜੇ ਗਏ, ਕੁਛ ਜਿਹੜੇ ਹੈਗੇ ਆ ਮੇਰਾ ਖਿਆਲ ਵੀ ਜੇਲ੍ਹਾਂ 'ਚ ਕੁਛ ਬਰੀ ਹੋ ਗਏ, ਇਹੋ ਜਿਹਾ ਕੁਛ ਮਾਮਲਾ ਚੱਲਦਾ ਹੈ। ਤੇ ਕਹਿੰਦੇ ਰੋਮੀ ਉਹਨਾਂ ਦੇ ਕਬਜ਼ੇ ਦੇ ਵਿੱਚ ਨਹੀਂ ਆਇਆ ਸੀ, ਇਲਜ਼ਾਮ ਇਹ ਹੈ ਕਿ ਜਿਹੜੀ ਲੋਜਿਸਟਿਕ ਸਪੋਰਟ ਹੈ ਉਹ ਰੋਮੀ ਨੇ ਮੁਹੱਈਆ ਕਰਵਾਈ ਸੀ। ਇਹ ਹਾਂਗਕਾਂਗ ਚਲਾ ਗਿਆ ਸੀ, ਉੱਥੇ ਦਾ ਪੀ ਆਰ ਹੈ, ਉੱਥੇ ਰਿਹਾ, ਔਰ ਫਿਰ ਬੜੀ ਜਿੱਦੋਜਹਿਦ ਕਰਨੀ ਪਈ ਇਹਨੂੰ ਵਾਪਸ ਲਿਆਉਣ ਵਾਸਤੇ। ਇੱਥੋਂ ਪਹਿਲਾਂ ਇਹਨਾਂ ਦਾ LOC ਜਾਰੀ ਕੀਤਾ ਗਿਆ, ਜਿਹਨੂੰ ਆਪਾਂ ਸਮਝ ਲਓ ਵੀ ਕਿਸਮ ਦਾ ਵਾਰਨਿੰਗ ਹੁੰਦੀ ਹੈ ਹਵਾਈ ਅੱਡਿਆਂ 'ਤੇ ਕਿ ਬੰਦਾ ਚਲਾ ਨਾ ਜਾਵੇ, ਫਿਰ ਰੈੱਡ ਕਾਰਨਰ ਨੋਟਿਸ ਬੈਕ ਕੀਤਾ ਗਿਆ, ਲੁੱਕਆਊਟ ਸਰਕੂਲਰ ਕਹਿ ਦਿੰਦੇ ਆ ਨੂੰ, ਫਿਰ ਉਹ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ। ਉਹ ਤੋਂ ਬਾਅਦ ਫਿਰ ਇਹਨਾਂ ਨੇ ਇੰਟਰਪੋਲ ਦੇ ਜ਼ਰੀਏ ਸਾਰਾ ਕੁਛ ਕਰਾ ਕੇ ਤੇ ਉਹਨੂੰ ਵਾਪਸ ਲਿਆਉਣ ਦਾ ਫੈਸਲਾ ਕਰ ਲਿਆ, ਤੇ ਹੁਣ ਇਹਨੂੰ ਸਾਡੀ ਪੰਜਾਬ ਪੁਲਿਸ ਦੀ ਇੱਕ ਟੀਮ ਲੈ ਕੇ ਆਈ ਸੀ ਜੀ। ਕੱਲ ਸਵੇਰੇ ਅਰਲੀ ਦੀ ਮਾਰਨਿੰਗ 4:30-4 ਵਜੇ ਉਹ ਬੰਦਾ ਇੱਥੇ ਪਹੁੰਚ ਗਿਆ ਸੀਗਾ ਨਾਭੇ, ਕਿਉਂਕਿ ਨਾਭਾ ਦੇ ਕੇਸ ਵਿੱਚ ਲੋੜੀਦਾ ਸੀ ਜੀ। ਪੁਲਿਸ ਪਾਰਟੀ ਜਿਹੜੀ ਲੈ ਕੇ ਆਈ ਹੈ ਇਹਨਾਂ ਨੂੰ, ਹੁਣ ਉਸ ਤਰ੍ਹਾਂ ਦਾ ਹੁੰਦਾ ਨੀ ਜਿਵੇਂ ਆਪੇ ਪੜ੍ਹ ਲੈਂਦੇ ਆ, ਜਦੋਂ ਤੁਸੀਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜਾ ਬੰਦਾ ਸੁਰੱਖਿਆ 'ਚ ਰਿਹਾ ਹੋਵੇ ਤੇ ਇੰਟਰਨੈਸ਼ਨਲ ਕਾਨੂੰਨ ਵੀ ਲਾਗੂ ਹੁੰਦਾ ਹੋਵੇ, ਉਹਨੂੰ ਲਿਆ ਕੇ ਫਿਰ ਕੱਲ ਸਵੇਰੇ ਅਰਲੀ ਦੀ ਮਾਰਨਿੰਗ ਜਿਹੜੇ ਆ ਮੈਜਿਸਟ੍ਰੇਟ ਸਾਹਿਬ ਉਹਨਾਂ ਦੇ ਘਰ ਪੇਸ਼ ਕੀਤਾ ਗਿਆ ਜੀ। ਤੇ ਮੈਜਿਸਟ੍ਰੇਟ ਸਾਹਿਬ ਨੇ ਇਮੀਡੀਏਟ ਉਹਨੂੰ 2 ਹਫ਼ਤਿਆਂ ਦੇ ਲਈ ਜੇਲ੍ਹ 'ਚ ਭੇਜਤਾ ਤੇ ਉਹ ਨਾਭਾ ਜੇਲ੍ਹ ਦੇ ਵਿੱਚ ਚਲਾ ਗਿਆ। ਹੁਣ ਅਗਲੀ ਗੱਲ ਇਹ ਨੀ ਕਿ ਉਹ ਚਲਾ ਗਿਆ ਤੇ ਉਹਦੀ ਪੁੱਛਗਿੱਛ ਨਹੀਂ ਹੋਈ, ਕਿਉਂਕਿ ਜਿਹੜੀ ਪੁਲਿਸ ਟੀਮ ਲੈ ਕੇ ਆਈ ਹੈ ਉਸ ਪੁਲਿਸ ਟੀਮ ਨੂੰ ਟਾਈਮ ਵੀ ਚਾਹੀਦਾ, ਉਹ 5-4 ਦਿਨ ਦੇਖਣਗੇ, 5-4 ਦਿਨਾਂ ਦੇ ਵਿੱਚ ਨਾਰਮਲ ਹੋ ਕੇ ਜੋ ਉਹਦੇ ਖਿਲਾਫ ਸਬੂਤ ਆ ਫਾਈਲਾਂ ਵਗੈਰਾ ਨੂੰ ਪੜ੍ਹਨਗੇ ਤੇ ਫਿਰ ਹੋ ਸਕਦਾ ਪ੍ਰੋਟੈਕਸ਼ਨ ਬਰਾਂਡ ਦੇ ਉੱਤੇ ਕਿਸੇ ਹੋਰ ਕੇਸ ਦੇ ਵਿੱਚ ਉਹਦਾ ਰਿਮਾਂਡ ਲੈ ਕੇ ਉਹ ਬਾਹਰ ਲੈ ਕੇ ਆਉਣ ਤੇ ਉਹ ਤੋਂ ਪੁੱਛਗਿੱਛ ਕਰਨਗੇ। ਉਹ ਜਿਹੜੀ ਪੁੱਛਗਿੱਛ ਹੋਣੀ ਆ ਉਸ ਪੁੱਛਗਿੱਛ ਦੇ ਵਿੱਚ ਉਹ ਕੀ ਇਨਕਸ਼ਾਫ ਕਰਦਾ ਇਹ ਉਹਦੇ ਤੇ ਨਿਰਭਰ ਹੈ, ਲੇਕਿਨ ਜਿਹੜੇ ਬੰਦੇ ਉਸ ਵੇਲੇ ਭੱਜੇ ਸੀ ਉਹਦੇ ਵਿੱਚੋਂ ਕਈ ਬੰਦੇ ਮੁਕਾਬਲੇ 'ਚ ਮਾਰੇ ਵੀ ਗਏ ਹੈ, ਜਿਵੇਂ ਵਿੱਕੀ ਕੌਂਡਰ ਹੈ ਉਹ ਮੁਕਾਬਲੇ 'ਚ ਮਾਰਿਆ ਗਿਆ, ਇੱਕ ਦੋ ਸਾਥੀ ਹੋਰ ਵੀ ਉਹਨਾਂ ਦੇ ਮੁਕਾਬਲੇ 'ਚ ਮਾਰੇ ਗਏ ਹੈ, ਔਰ ਇਹ ਫਿਰ ਜਦੋਂ ਪੁੱਛਗਿੱਛ ਹੋ ਗਈ ਉਸ ਪੁੱਛਗਿੱਛ ਤੋਂ ਜ਼ਿਆਦਾ ਪਤਾ ਲੱਗੂਗਾ ਕਿ ਕੀ ਹੁੰਦਾ ਹੈ। ਪਰ ਕੁੱਲ ਮਿਲਾ ਕੇ ਪੰਜਾਬ ਪੁਲਿਸ ਜਿਹੜੀ ਹੈਗੀ ਆ ਥਾਪੀਆਂ ਬੜੀਆਂ ਮਾਰ ਰਹੀ ਹੈ ਵੀ ਸਾਡੀ ਬਹੁਤ ਵੱਡੀ ਪ੍ਰਾਪਤੀ ਹੈ ਜੀ, ਅਸੀਂ ਇੱਕ ਜਿਹੜਾ ਹੈਗਾ ਨਾਮੀ ਗ੍ਰਾਮੀ ਗੈਂਗਸਟਰ ਇਹਨੂੰ ਦੂਜੀ ਸਟੇਟ 'ਚੋਂ ਲੈ ਆਉਂਦਾ ਹੈ। ਸਵਾਲ ਇਹ ਪਹਿਲਾਂ ਹੁੰਦਾ ਹੈ ਕਿ ਸਿੱਧੂ ਮੂਸੇਵਾਲੇ ਦੇ ਮਰਡਰ ਕੇਸ ਦੀ ਜਿਹੜੀ ਹੈ ਉਹ ਪ੍ਰਗਤੀ ਕਿੰਨੀ ਹੋਈ ਹੈ, ਉਹਦਾ ਜਿਹੜੀਆਂ ਜੇ ਆਪਾਂ ਤੰਦਾਂ ਖੋਲ ਕੇ ਤੰਦਾਂ ਉਹਦੀਆਂ ਤੁਰ ਗਏ ਜਾਂਦੀਆਂ, ਕਿਉਂਕਿ ਆਪਾਂ ਹਾਂਗਕਾਂਗ ਜਦੋਂ ਬੰਦਾ ਲੈ ਆਏ ਤੇ ਸਾਡੀਆਂ ਆਪਣੇ CIA ਸਟਾਫ ਦੇ ਵਿੱਚ, ਸਾਡੇ ਆਪਣੇ ਦੇਸ਼ ਦੀਆਂ ਜੇਲ੍ਹਾਂ ਦੇ ਵਿੱਚੋਂ ਲਾਰੈਂਸ ਬਿਸ਼ਨੋਈ ਹੋਰਾਂ ਦੀਆਂ ਇੰਟਰਵਿਊਜ਼ ਹੋ ਰਹੀਆਂ ਉਹ ਅਸੀਂ ਰੋਕ ਨਹੀਂ ਸਕੇ ਜੀ। ਸੋ ਇਹ ਆਪਣੇ ਆਪ ਨੂੰ ਮਤਲਬ ਜਿਹੜੀ ਹੈ ਸ਼ਾਬਾਸ਼ ਦੇਣ ਵਾਲੀ ਗੱਲ ਹੈ ਪੰਜਾਬ ਪੁਲਿਸ ਦੀ, ਤੁਹਾਡਾ ਘਰ ਕਿੰਨਾ ਕੁ ਸੁਰੱਖਿਅਤ ਹੈ। ਜੇ CIA ਸਟਾਫ ਦਾ ਇੰਸਪੈਕਟਰ ਕੁਲਦੀਪ ਜੀ ਜ਼ਿਕਰ ਕਰ ਗਏ ਸੀ, ਉਹ 26 ਜਨਵਰੀ ਕਹਿ ਗਏ ਸੀ, 26 ਜਨਵਰੀ ਨਹੀਂ ਜੀ, 15 ਅਗਸਤ ਨੂੰ ਹੀ ਉਹਨੂੰ DSP ਨੂੰ ਸਨਮਾਨਿਤ ਕੀਤਾ ਸੀ, ਗੁਰਸ਼ੇਰ ਸਿੰਘ ਸੰਧੂ ਨੂੰ, ਜਿਹੜਾ CIA ਦਾ ਇੰਚਾਰਜ ਸੀ, ਜਿਹਦੀ ਮੌਜੂਦਗੀ ਦੇ ਵਿੱਚ ਹੀ ਉਹ ਇੰਟਰਵਿਊ ਹੋਈ ਸੀ, ਇਹ ਗੱਲ ਕਹੀ ਗਈ ਹੈ ਲਾਰੈਂਸ ਬਿਸ਼ਨੋਈ ਦੀ, ਔਰ ਉਹ ਇੰਟਰਵਿਊ 6-7 ਮਹੀਨੇ ਪੁਰਾਣੀ ਸੀ ਤੇ ਉਹਨੂੰ ਪਹਿਲਾਂ ਰੋਕ ਕੇ ਰੱਖਿਆ ਗਿਆ, ਫਿਰ ਉਹ ਇੰਟਰਵਿਊ ਜਾਰੀ ਹੋਈ। ਹੁਣ ਜਿਹੜੀ ਲੇਟੈਸਟ ਇੰਟਰਵਿਊ ਹੋਈ ਸੀ ਉਹਦੀ, ਉਹ ਤੋਂ ਬਾਅਦ ਅਗਲੀ ਉਹ ਹੋਈ ਸੀਗੀ ਰਾਜਸਥਾਨ ਦੀ ਜੇਲ੍ਹ ਦੇ ਵਿੱਚ, ਔਰ ਪੰਜਾਬ ਦੇ ਹਰਿਆਣਾ ਹਾਈਕੋਰਟ ਨੇ ਰਾਜਸਥਾਨ ਦੇ ਐਡਵੋਕੇਟ ਜਨਰਲ ਨੂੰ ਵੀ ਨੋਟਿਸ ਦੇ ਦਿੱਤਾ ਕਿ ਤੁਸੀਂ ਆਓ, ਆਪਣਾ ਘਰ ਤੁਹਾਡਾ ਕਿੰਨਾ ਕੁ ਮਜ਼ਬੂਤ ਆ, ਇਹ ਇਹ ਗੱਲ ਜਿਹੜੀ ਹੈਗੀ ਪ੍ਰਮੁੱਖ ਹੈ। ਇਹ ਨਹੀਂ ਕਿ ਤੁਸੀਂ
ਕੰਟਰੀ ਦੇ ਵਿੱਚੋਂ ਤੁਸੀਂ ਕਿਸੇ ਬੰਦੇ ਨੂੰ ਲੈ ਆਓ ਤੇ ਤੁਸੀਂ ਆਪਣੀ ਪਿੱਠ ਆਪ ਹੀ ਥੱਪ ਪਾਈ ਜਾਓ ਕਿ ਸਾਡੀ ਪ੍ਰਾਪਤੀ ਬਹੁਤ ਵੱਡੀ ਹੈ, ਤੁਹਾਡਾ ਘਰ ਕਿੰਨਾ ਸੁਰੱਖਿਅਤ ਹੈ। ਜੇ CIA ਸਟਾਫ ਦੇ ਵਿੱਚ ਬੈਠ ਕੇ ਇੱਕ ਨਾਮਵਰ ਗੈਂਗਸਟਰ ਇਹ ਕਹਿ ਰਿਹਾ ਕਿ ਹਾਂ ਮੈਂ ਇਹ ਮਾਰਿਆ ਸਿੱਧੂ ਮੂਸੇ ਵਾਲੇ ਨੂੰ, ਅਸੀਂ ਮਰਵਾਇਆ, ਸਾਡੀ ਇਹ ਕਾਰਵਾਈ ਹੈ, ਤੇ ਉਹਦੇ ਤੇ ਅਗਲੀ ਉਹ ਕਹਿੰਦੇ ਕਿ ਅਗਲਾ ਟਾਰਗੇਟ ਸਾਡਾ ਸਲਮਾਨ ਖਾਨ ਹੈ, ਔਰ ਉਹੀ ਜੀ ਇੰਟਰਵਿਊ ਹੋ ਜਾਏ, ਉਹ ਇੰਟਰਵਿਊ ਅਸੀਂ ਰੋਕ ਨਹੀਂ ਸਕੇ, ਔਰ ਪੁਲਿਸ ਦੀ ਹਾਜ਼ਰੀ ਦੇ ਵਿੱਚ ਹੁੰਦੀ ਹੈ ਤਾਂ ਬਹੁਤ ਚਿੰਤਾਜਨਕ ਵਿਸ਼ਾ ਹੈ। ਘਰ ਤੁਹਾਡਾ ਕਿੰਨਾ ਸੁਰੱਖਿਅਤ ਹੈ ਨਿਰਭਰ ਇਸ ਗੱਲ ਦੇ ਉੱਤੇ ਹੈ ਤੁਹਾਡੀ ਜਿਹੜੀ ਹੈਗੀ ਹੈ ਸਫਲਤਾ ਜੀ। ਹਾਂ ਚੱਲਦੇ ਜੀ, ਹਾਂਜੀ ਲਾਲ ਸਿੰਘ ਜੀ ਸਵਾਗਤ ਹੈ ਜੀ ਤੁਹਾਡਾ। ਸਤਿ ਸ੍ਰੀ ਅਕਾਲ ਜੀ। ਢਿੱਲੋਂ ਸਾਹਿਬ ਤੁਸੀਂ ਰਾਮ ਰਹੀਮ ਦੀ ਗੱਲ ਕੀਤੀ ਹੈ ਜੀ, ਤੁਸੀਂ 2017 ਚ ਇੱਕ ਵੀਡੀਓ ਕਲਿੱਪ ਦੇਖਿਆ ਹੋਣਾ ਜੀ ਖੰਡਾ ਸਿੰਘ ਤੇ ਬੇਅੰਤ ਸਿੰਘ ਦਾ, ਜਿਹੜਾ ਡੇਰੇ ਦੀ ਸਿਕਿਉਰਿਟੀ ਨੰਬਰ 1 ਸੀਗਾ ਉਹ 34-35 ਮਿੰਟਾਂ ਦਾ ਉਹਨੇ ਉਦੋਂ ਪਹਿਲਾਂ ਕੱਢਿਆ ਸੀ। ਕੀ ਹੋਇਆ ਉਹ ਕਿਤੇ ਨੰਬਰ ਨੁੰਬਰ ਜਾਂ ਉਹਦਾ ਮੈਨੂੰ ਮਿਲ ਗਿਆ ਬੇਅੰਤ ਸਿੰਘ ਦਾ, ਮੈਂ ਉਹਨੂੰ ਪੁੱਛਿਆ ਯਾਰ ਮੈਂ ਸੱਚਾਈ ਕੀ ਹੈ ਅਸਲ ਵਿੱਚ, ਮੈਂ ਹਨੂਪ੍ਰੀਤ ਦੇ ਘਰ ਗੱਲ ਕਰ ਰਿਹਾ ਹੈਗਾ, ਤੇ ਉਹ ਮੈਨੂੰ ਕਹਿੰਦਾ ਸਾਰੀ ਤਾਂ ਕਹਿੰਦਾ ਇੰਟਰਵਿਊ ਵੇਖੀ ਆ ਉਹਦੀ, ਮੈਂ ਸਾਰੀ ਵੇਖੀ ਆ, ਕਹਿੰਦਾ ਉਹਦੇ ਵਿੱਚ ਇੱਕ ਵੀ ਗੱਲ ਦਾ ਝੂਠ ਨੀ ਹੈਗਾ, ਕਹਿੰਦਾ ਜਿਵੇਂ ਉਹ ਗੱਲ ਕਹਿੰਦਾ ਮੈਂ ਅੱਖੀ ਦੇਖਿਆ ਸਾਰਾ ਕੁਛ ਉਹ ਆ ਗਈ। ਦੂਸਰੀ ਗੱਲ ਲੈ ਕੇ ਤੈਨੂੰ ਸਾਹਿਬ ਜਿਹੜੀ ਕੰਗਣਾ ਰਣਾਵਤ ਆ ਫਿਲਮਾਂ ਦੇ ਵਿੱਚੋਂ ਇਹ, ਉਹ ਤੋਂ ਬਾਅਦ ਕਿਸਾਨ ਅੰਦੋਲਨ ਵੇਲੇ ਥੋੜਾ ਜਿਹਾ ਹੈਰਾਨੀ ਵਾਚਕ ਉਹ ਬੀਬੀ ਵਾਲਾ ਬੇਬੇ ਬਾਰੇ ਕਹਿਤਾ ਸੀਗਾ ਵੀ ਉਹ ਸੁੱਕੀਆਂ ਚ ਆਈ, ਹੁਣ ਉਹਨੇ ਫਿਲਮ ਜਿਹੜੀ ਐਮਰਜੈਂਸੀ ਕੱਢੀ ਹੈ ਤੈਨੂੰ ਸਾਹਿਬ, ਜਿਵੇਂ ਉਹ ਐਮਰਜੈਂਸੀ ਫਿਲਮ ਦੇ ਵਿੱਚ ਹਿੰਦੂਆਂ ਨੂੰ ਮਾਰਤਾ ਦਿਖਾਇਆ ਗਿਆ, ਉਹ ਪੰਜਾਬ ਨੂੰ ਇੱਕ ਅੱਗ ਲਾਊ ਵਾਲੇ ਪਾਸੇ ਨੀ ਲੈ ਕੇ ਜਾਊ, ਪੰਜਾਬ ਦੇ ਹਾਲਾਤ ਪਹਿਲੀ ਬਹੁਤ ਮਾੜੇ ਨੇ, ਉਹਦੇ ਉੱਤੇ ਮਤਲਬ ਕੰਟਰੋਲ ਕਰਨ ਖਾਤਰ ਕੋਈ ਚਾਰਾ ਚੋਰੀ ਕਿਉਂ ਨੀ ਕਰ ਰਿਹਾ, ਇਹਦੇ ਬਾਰੇ